ਜੱਸੀ ਖੰਗੂਰਾ ਇੱਕ ਵਾਰ ਕਾਂਗਰਸ ਵਾਪਸੀ ਕਰ ਰਹੇ ਨੇ, ਸਾਬਕ ਐਮਐਲਏ ਰਹੇ ਨੇ। ਖੰਗੂਰਾ ਜੀ, ਅੱਜ ਹੱਥ ਦਾ ਪਟਕਾ ਪਾਇਆ ਹੈ ਦੁਬਾਰਾ ਫਿਰ ਤੋਂ, ਕੀ ਮਜਬੂਰੀ ਐਸੀ ਹੋ ਗਈ ਕਿ ਕਾਂਗਰਸ ਆਉਣਾ ਪਿਆ? ਮਜਬੂਰੀ ਨਹੀਂ, ਦੇਖੋ ਜਿਹੜਾ ਸਿਆਸੀ ਮਾਹੌਲ ਆ ਉਹ ਕਦੇ ਸਟੈਟਿਕ ਨਹੀਂ ਰਹਿੰਦਾ, ਸਿਆਸੀ ਮਾਹੌਲ ਬਦਲਦਾ ਰਹਿੰਦਾ। 2 ਸਾਲ ਪਹਿਲਾਂ ਇੱਕ ਮਾਹੌਲ ਇਹੋ ਜਿਹਾ ਬਣਿਆ ਸੀਗਾ ਜਿਹੜਾ ਆਪ ਪਾਰਟੀ ਦੇ ਹੱਕ ਸੀ, ਜਨਤਾ ਨੇ ਵੀ ਸਾਥ ਦਿੱਤਾ, ਕੁਛ ਲੀਡਰ ਉਹਨਾਂ ਨੂੰ ਜੁਆਇਨ ਕਰ ਗਏ ਸੀਗੇ, ਮੈਂ ਉਹਨਾਂ 'ਚੋਂ ਇੱਕ ਸੀਗਾ। 2 ਸਾਲ ਅਤੇ 2 ਮਹੀਨੇ ਮੈਂ ਆਪ ਪਾਰਟੀ ਦਾ ਐਕਸਪੀਰੀਅੰਸ ਜੋ ਮਿਲਿਆ ਰਿਹਾ ਉਹ ਬੜਾ ਡਿਸਪੁਆਇੰਟਿੰਗ ਸੀਗਾ। ਕਿਵੇਂ ਦਾ ਰਿਹਾ? ਤੁਸੀਂ ਡਿਸਪੁਆਇੰਟ ਕਹਿ ਰਹੇ ਹੋ, ਬਟ ਇਹਦੀ ਡੈਫੀਨੇਸ਼ਨ ਕੀ ਹੈ ਡਿਸਪੁਆਇੰਟਮੈਂਟ? ਡੈਫੀਨੇਸ਼ਨ ਇਹ ਆ ਵੀ ਜੁਆਇਨ ਕਰਨ ਤੋਂ ਪਹਿਲਾਂ ਕੁਛ ਕਮਿਟਮੈਂਟ ਸੀਗੀਆਂ ਜਿਹੜੀਆਂ ਕਮਿਟਮੈਂਟਸ ਕਦੇ ਪਾਰਟੀ ਪੂਰੀਆਂ ਨਹੀਂ ਕਰ ਸਕੀ, ਅਤੇ ਮੈਨੂੰ ਇਹ ਲੱਗਦਾ ਵੀ ਦੋਜ਼ ਕਮਿਟਮੈਂਟਸ ਫਰ ਔਨ ਪੇਪਰ ਓਨਲੀ, ਦੇ ਵਰ ਦੇਅਰ ਟੂ ਬਫੂਲ ਪੀਪਲ ਲਾਈਕ ਮੀ। ਸਿੰਸੈਰਿਟੀ ਹੈ ਨਹੀਂ ਸੀਗੀ ਉਹਨਾਂ ਦੀ, ਕੋਈ ਇੰਟੈਂਸ਼ਨ ਨਹੀਂ ਸੀ, ਇੱਕ ਦਿਨ ਦੀ ਇੰਟੈਂਸ਼ਨ ਨਹੀਂ ਸੀ ਵੀ ਉਹ ਜਿਹੜੇ ਸਾਨੂੰ ਇੰਡੀਕੇਸ਼ਨ ਦਿੱਤੀ ਗਈ ਸੀਗੀ ਵੀ ਉਹ ਪੂਰੀ ਕਰਨੀ ਹੈ। ਕਮਿਟਮੈਂਟਸ ਕਿਹੜੀ, ਇੱਕ ਜੱਸੀ ਖੰਗੂਰੇ ਨਾਲ ਜਾਂ ਇੱਕ ਰਾਜਨੀਤਿਕ ਦੀ ਪਾਰੀ ਨਾਲ? ਨਹੀਂ ਦੇਖੋ, ਜਿਹੜੀ ਤਾਂ ਰਾਜਨੀਤਿਕ ਕਮਿਟਮੈਂਟਸ ਆ ਉਹ ਤਾਂ ਜਨਤਾ ਜਵਾਬ ਦੇਊਗੀ, ਬੜਾ ਸਮਾਂ ਰਹਿੰਦਾ ਨਹੀਂ, 4 ਹਫ਼ਤੇ ਦੇ ਅੰਦਰ ਵੋਟਾਂ ਪੈ ਰਹੀਆਂ ਅਤੇ ਆਮ ਪਾਰਟੀ ਨੂੰ ਪੂਰਾ ਜਵਾਬ ਪੰਜਾਬ ਦੇ ਲੋਕਾਂ ਤੋਂ ਮਿਲ ਜਾਣਾ। 92 ਸੀਟਾਂ ਜਿੱਤਣੀਆਂ ਕੋਈ ਛੋਟੀ ਮੋਟੀ ਗੱਲ ਨਹੀਂ। 4 ਜੂਨ ਨੂੰ ਜਦੋਂ ਤੁਸੀਂ ਪਾਰਲੀਮੈਂਟਰੀ ਟੋਟਲ ਦੇਖੋਗੇ, ਪਾਰਲੀਮੈਂਟਰੀ ਟੋਟਲ ਦੇ ਥੱਲੇ ਤੁਸੀਂ ਅਸੈਂਬਲੀ ਸੀਟਾਂ ਦੇ ਰਿਜ਼ਲਟ ਦੇਖੋਗੇ, ਤੁਸੀਂ ਦੇਖੋਗੇ ਵੀ ਕਿੰਨੇ ਸੀਟਾਂ 'ਚ ਆਪ ਪਾਰਟੀ ਲੀਡ ਲੈਂਦੀ ਆ, ਤੁਹਾਨੂੰ ਆਪੇ ਪਤਾ ਲੱਗ ਜੂ ਪੰਜਾਬ ਦੀ ਸਿਆਸੀ ਹਵਾ ਕਿੱਥੇ ਖੜੀ ਆ। ਕਾਂਗਰਸ ਨੇ ਕੋਈ ਵਾਅਦਾ ਕੀਤਾ, ਕਿਉਂਕਿ ਤੁਸੀਂ ਐਮਐਲਏ ਰਹੇ ਹੋ ਕਿਲਾ ਰਾਏਪੁਰ ਤੋਂ, ਸੀਟ ਕਾਂਗਰਸ 'ਚ ਤੁਸੀਂ ਜਿੱਤ ਕੇ ਪਾਈ ਸੀ? ਨਾ ਕੋਈ ਮੰਗ ਰੱਖੀ ਆ, ਨਾ ਕਾਂਗਰਸ ਪਾਰਟੀ ਨੇ ਕੋਈ ਵਾਅਦਾ ਕੀਤਾ, ਮੈਂ ਜੁਆਇਨ ਕਰ ਰਿਹਾ ਐਜ਼ ਅ ਆਰਡੀਨਰੀ ਮੈਂਬਰ, ਐਜ਼ ਅ ਆਰਡੀਨਰੀ ਮੈਂਬਰ ਬਣ ਕੇ ਕੰਮ ਕਰਾਂਗੇ। ਇੱਕ ਹੋਰ ਸਵਾਲ ਆਉਂਦਾ ਲੋਕਾਂ ਦੇ ਜ਼ਿਹਨ 'ਚ ਕਿ ਲੀਡਰ ਜਦੋਂ ਪਾਰਟੀਆਂ ਚੇਂਜ ਕਰਦੇ ਨੇ ਲੋਕਾਂ ਦਾ ਵੀ ਭਰੋਸਾ ਟੁੱਟਦਾ, ਔਰ ਕਾਫੀ ਇਨ ਦਿਨੋਂ ਤਾਂ ਕਾਫੀ ਦਲ ਬਦਲ ਤੁਸੀਂ ਵੀ ਦੇਖਿਆ ਹੋਣਾ, ਤੁਸੀਂ ਜਿਹੜੀ ਆਪਣੀ ਰਾਜਨੀਤੀ ਹੈ ਚਾਹੇ UK 'ਚ ਰਹੇ ਜਾਂ ਜਿਸ ਹਿਸਾਬ ਨਾਲ ਰਹੇ, ਹੁਣ ਕਾਂਗਰਸ ਨਾਲ ਹੀ ਰਹੋਗੇ? ਇੱਕ ਦੇਖੋ 24 ਤਰੀਕ ਪਿਛਲੇ ਮਹੀਨੇ ਮੈਂ ਰਿਜ਼ਾਈਨ ਕੀਤਾ, 24 ਤਰੀਕ ਤੋਂ ਲੈ ਕੇ ਹੁਣ ਤੱਕ ਜਿਹੜੇ ਸਾਡੇ ਖਾਸ ਵਰਕਰ ਆ ਅਤੇ ਸਾਡੇ ਸਪੋਰਟਰ ਆ ਸਾਰਿਆਂ ਨਾਲ ਮੈਂ ਕੰਸਲਟ ਕੀਤਾ, ਅਤੇ ਸਾਰਿਆਂ ਨੇ ਪਹਿਲਾਂ ਤਾਂ ਕਿਹਾ ਵੀ ਤੁਸੀਂ ਵਧੀਆ ਕੰਮ ਕੀਤਾ ਜਿਹੜੇ ਤੁਸੀਂ ਆਪ ਪਾਰਟੀ ਨੂੰ ਛੱਡ ਗਏ, ਅਤੇ ਜਦੋਂ ਫਿਰ ਉਹਨਾਂ ਸਲਾਹ ਕੀਤੀ ਵੀ ਨੈਕਸਟ ਸਟੈਪ ਕੀ ਆ, ਵੀ ਠੰਡੇ ਬਹਿ ਜਾਈਏ, ਕੋਈ ਪਾਰਟੀ ਨਾ ਜੁਆਇਨ ਕਰੀਏ, ਸਿਆਸਤ ਛੱਡ ਦਈਏ, ਤਾਂ ਅਲਟੀਮੇਟਲੀ ਸਾਡੇ ਵਰਕਰ ਅਤੇ ਸਾਡੇ ਸਪੋਰਟਰਾਂ ਦੇ ਨਾਲ ਸਲਾਹ ਕਰਕੇ ਅੱਜ ਦਾ ਫੈਸਲਾ ਲਿਆ ਅਤੇ ਤਾਂ ਪਾਰਟੀ ਜੁਆਇਨ ਕੀਤੀ। BJP ਤੋਂ ਵੀ ਆਫਰ ਆਇਆ ਸੀ? ਦੇਖੋ ਜੀ, ਇਹ ਤਾਂ ਗੱਲਾਂ ਚੱਲਦੀਆਂ ਰਹਿੰਦੀਆਂ, ਕਹਿੰਦੇ ਡਿਸਕਸ਼ਨ ਚੱਲ, ਨਹੀਂ ਨਹੀਂ ਦੇਖੋ ਸਾਰੀਆਂ ਗੱਲਾਂ ਚੱਲਦੀਆਂ ਰਹਿੰਦੀਆਂ, ਕਿਉਂ? ਕਿਉਂਕਿ ਦੇਖੋ ਆਪਣਾ ਹੀ ਭਾਈਚਾਰਾ, ਆਪਾਂ ਦੇਖੋ ਆਪਾਂ ਇੱਕ ਦਿਨ ਇੱਕ ਪਾਰਟੀ 'ਚ ਹਾਂ, ਦੂਜੇ ਦਿਨ ਆਪਾਂ ਅਲੱਗ ਪਾਰਟੀ 'ਚ ਹਾਂ, ਇਹਦਾ ਮਤਲਬ ਇਹ ਥੋੜ੍ਹੀ ਵੀ ਆਪਣਾ ਬੋਲਚਾਲ ਖਤਮ ਹੋ ਜਾਵੇ ਜਾਂ ਆਪਾਂ ਦੁਸ਼ਮਣ ਬਣ ਜਾਂਦੇ ਹਾਂ। ਦੇਖੋ ਸਿਆਸਤ ਇਜ਼ ਜਸਟ ਅ ਟੂਲ, ਸਿਆਸਤ ਇਜ਼ ਅ ਟੂਲ ਟੂ ਇਲੈਕਟ ਰਿਪ੍ਰੈਜੈਂਟੇਟਿਵਸ ਜਿਨ੍ਹਾਂ ਨੇ ਜਨਤਾ ਦੀ ਸੇਵਾ ਕਰਨੀ ਹੈ, ਪਰ ਕਿਉਂਕਿ ਤੁਸੀਂ ਅਲੱਗ ਪਾਰਟੀ 'ਚੋਂ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਤੁਹਾਡੀ ਕੋਈ ਪਰਸਨਲ ਐਨਮਿਟੀ ਜਾਂ ਦੁਸ਼ਮਣੀ ਹੈ। ਇੱਕ ਲਾਸਟ ਸਵਾਲ, ਐਤਕੀ ਚੋਣ ਵੱਖਰੇ ਕਿਵੇਂ ਨੇ ਬਾਕੀ ਚੋਣਾਂ ਤੋਂ? ਅੱਜ ਤੱਕ ਤਾਂ ਪੰਜਾਬ ਦੇ ਤਕਰੀਬਨ ਜਿੰਨੇ ਚੋਣਾਂ ਹੋਈਆਂ 2022 ਛੱਡ ਕੇ, ਉਹ ਹੁੰਦੇ ਸੀ ਬਾਈਪੋਲਰ ਕੰਟੈਸਟ, ਇੱਕ ਪਾਸੇ ਅਲਾਇੰਸ ਹੁੰਦੀ ਸੀ ਅਕਾਲੀ ਦਲ ਅਤੇ BJP ਦੀ ਅਤੇ ਇੱਕ ਪਾਸੇ ਕਾਂਗਰਸ ਹੁੰਦੀ ਸੀ। ਇਸ ਪਾਸੇ ਇਸ ਵਾਰੀ ਜਿਹੜਾ ਮਲਟੀ ਕੋਰਨਰ ਕੰਟੈਸਟ ਆ, ਕੁਆਡਰੈਂਗੂਲਰ 5 ਮੇਜਰ ਕੰਟੈਸਟੈਂਟਸ, ਇਹ ਪਹਿਲੀ ਵਾਰੀ ਪੰਜਾਬ ਦੇ ਲੋਕਾਂ ਨੇ ਐਕਸਪੀਰੀਅੰਸ ਕਰਨਾ, ਐਂਡ ਇਹਦੇ ਰਿਜ਼ਲਟਸ ਕਾਫੀ ਇੰਟਰਸਟਿੰਗ ਆਉਣਗੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤਾਂ ਇਹ ਸੀਗੇ ਜੱਸੀ ਖੰਗੂਰਾ, ਆਮ ਆਦਮੀ ਪਾਰਟੀ ਸੀਗੇ, ਹੁਣ ਕਾਂਗਰਸ ਜੁਆਇਨ ਕੀਤੀ ਹੈ, ਤਾਂ ਐਤਕੀ ਚੋਣਾਂ ਜਿਹੜੇ ਵੱਖ ਹੋਣਗੇ ਇਹ ਕਿਹਾ, ਔਰ ਕਾਂਗਰਸ ਪਾਰਟੀ ਨਾਲ ਹੁਣ ਜੁੜ ਕੇ ਪ੍ਰਚਾਰ ਕਰਨਗੇ। ਵੀਡੀਓ ਜਰਨਲਿਸਟ ਅਮਨ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18, ਚੰਡੀਗੜ੍ਹ।